ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇਸ ਵੀਡੀਓ 'ਚ ਕਿਸਾਨ ਵੀਰੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਝੂਠੀ ਕਾਂਗਿਆਰੀ ਜਾਂ ਹਲਦੀ ਰੋਗ ਜਾਂ ਕਟੋਲੀ ਪੈਣਾ ਕਹਿੰਦੇ ਆ ਫਾਲਸ ਮਟ ਆਫ ਰਾਈਸ ਝੂਠੀ ਕਾਂਗਿਆਰੀ ਕਿਉਂਕਿ ਕਾਫੀ ਕਿਸਾਨ ਵੀਰਾਂ ਦੇ ਸਵਾਲ ਆਉਂਦੇ ਆ ਪਿਛਲੇ ਸਾਲਾਂ 'ਚ ਵੀ ਇਹ ਰਿਹਾ ਕਿ ਆਪਾਂ ਜਾਣਕਾਰੀ ਸਾਂਝੀ ਕਰਦੇ ਪਰ ਕਿਸਾਨ ਵੀਰ ਕਈ ਵਾਰ ਜਦੋਂ ਇਹ ਰੋਗ ਆ ਜਾਂਦਾ ਉਸ ਟਾਈਮ ਤੇ ਜਿਹੜਾ ਇਹਦਾ ਹੱਲ ਪੁੱਛਦੇ ਆ ਹਾਲਾਂਕਿ ਇਹਦਾ ਹੱਲ ਆਪਾਂ ਕਰਨਾ ਹੁੰਦਾ ਰੋਗ ਆਉਣ ਤੋਂ ਪਹਿਲਾਂ ਇਹ ਜਿਹੜਾ ਰੋਗ ਹੈ ਕਿਸਾਨ ਵੀਰੋ ਫਸਲ ਨੂੰ ਨਸਾਰੇ ਸਮੇਂ ਫਲਾਵਰਿੰਗ ਟਾਈਮ ਜਾਂ ਜਦੋਂ ਜਿਹੜਾ ਪੈਨਿਕਲ ਮੈਚ्योर ਹੋਣ ਤੇ ਹੁੰਦਾ ਜਦੋਂ ਮਤਲਬ ਦਾਣਾ ਪੱਕਣ ਦੇ ਨੇੜੇ ਹੁੰਦਾ ਉਦੋਂ ਵੀ ਜਿਹੜਾ ਹੈਗਾ ਇਫੈਕਟ ਕਰ ਸਕਦਾ ਜਿੱਥੇ ਪਿਛਲੇ ਸਾਲਾਂ 'ਚ ਇਹ ਰੋਗ ਆਇਆ ਉੱਥੇ ਇਹ ਹੋ ਸਕਦਾ ਜਾਂ ਜਦੋਂ ਫਸਲ ਦੇ ਨਿਸਰਨ ਸਮੇਂ ਮੀਂਹ ਬੱਦਲਵਾਈ ਵਧੇਰੇ ਸਿਲ ਰਹੇ ਹਵਾ ਦੇ ਵਿੱਚ ਨਮੀ ਦੀ ਮਾਤਰਾ ਜਿਹੜੀ ਹੈਗੀ ਆ 90% ਤੋਂ ਜ਼ਿਆਦਾ ਤਾਪਮਾਨ 25 ਤੋਂ 35 ਡਿਗਰੀ ਕਿਉਂਕਿ ਜਿਆਦਾ ਹਮਸ ਦੇ ਵਿੱਚ ਜਦੋਂ ਮੀਂਹ ਪੈਂਦਾ ਤਾਂ ਤਾਪਮਾਨ 35 ਤੋਂ ਉੱਪਰ ਨਹੀਂ ਜਾਂਦਾ ਹਵਾ ਦੇ ਵਿੱਚ ਸਿਲ ਹੁੰਦੀ ਹੈ ਤੇ ਇਹਦੇ ਜਿਹੜੇ ਸਪੋਰ ਆ ਉਹ ਹਵਾ ਦੇ ਨਾਲ ਜਾਂ ਤੇਜ਼ ਮੀਂਹ ਦੇ ਨਾਲ ਵੀ ਜਿਹੜੇ ਹੈਗੇ ਅੱਗੇ ਦੀ ਅੱਗੇ ਫੈਲਦੇ ਆ ਇਹ ਇਹ ਰੋਗ ਹੈ ਜਿਹੜਾ ਦਾਣੇ ਦੀ ਕੁਆਲਿਟੀ ਤੇ ਦਾਣੇ ਦਾ ਭਾਰ ਵੀ ਘਟਾਉਂਦਾ ਤੇ ਬੀਜ ਦੀ ਜਰਮੀਨੇਸ਼ਨ ਮਤਲਬ ਪੁੰਗਰਨ ਸ਼ਕਤੀ ਤੇ ਵੀ ਇਫੈਕਟ ਕਰਦਾ ਜਿਹਦੇ ਨਾਲ ਜਿਹੜਾ ਉਹ ਬੀਵ ਨਹੀਂ ਆਪਾਂ ਅਗਲੇ ਸਾਲ ਵੜ ਸਕਦੇ ਤੇ ਦਾਣੇ ਦੀ ਕੁਆਲਿਟੀ ਤੇ ਦਾਣੇ ਦਾ ਭਾਰ ਜਿਹੜਾ ਹੈ ਘਟਣ ਦੇ ਨਾਲ ਕਿਉਂਕਿ ਮੁੰਜਰਾਂ ਦੇ ਵਿੱਚ ਕੁਝ ਦਾਣੇ ਦੇ ਨਾਲ ਇਫੈਕਟ ਹੋ ਕੇ ਤਾਂ ਝਾੜ ਤੇ ਵੀ ਇਹ ਰੋਗ ਹੈ ਜਿਹੜਾ ਅਸਰ ਪਾਉਂਦਾ ਇਹ ਬਿਮਾਰੀ ਨਾਲ ਦਾਣਿਆਂ ਦੀ ਥਾਂ ਤੇ ਜਿਹੜੇ ਪੀਲੇ ਤੋਂ ਹਰੇ ਰੰਗ ਦੀ ਟੂੜੇਦਾਰ ਉੱਲੀ ਦੇ ਗੋਲੇ ਜੇ ਬਣ ਜਾਂਦੇ ਐ ਇਹਦਾ ਜਿਹੜਾ ਕਾਰਨ ਇੱਕ ਇਹ ਵੀ ਆ ਕਿ ਜਿੱਥੇ ਆਪਾਂ ਯੂਰੀਆ ਦੀ ਵਰਤੋਂ ਜ਼ਿਆਦਾ ਕਰਦੇ ਆਂ ਜ਼ਮੀਨ ਦੇ ਵਿੱਚ ਨਾਈਟ੍ਰੋਜਨ ਤੱਤ ਜ਼ਿਆਦਾ ਹੈ ਜਾਂ ਆਪਾਂ ਜ਼ਰੂਰਤ ਤੋਂ ਜ਼ਿਆਦਾ ਜਿੱਥੇ ਰੂੜੀ ਪਾ ਦਈਏ ਕਈ ਵਾਰ ਲਗਾਤਾਰ ਜਿਹੜਾ ਹੈਗਾ ਜਦੋਂ ਮੀਂਹ ਪੈਂਦੇ ਆ ਜਾਂ ਆਪਾਂ ਲਗਾਤਾਰ ਹੀ ਜਿਹੜਾ ਨਹਿਰੀ ਪਾਣੀ ਦੀ ਵਰਤੋਂ ਕਰਦੇ ਆਂ ਉਹਦੇ ਨਾਲ ਵੀ ਜਿਹੜੇ ਸਪੋਰ ਐ ਇਹ ਅੱਗੇ ਦੀ ਅੱਗੇ ਫੈਲ ਸਕਦੇ ਐ ਇਹ ਰੋਗ ਦਾ ਕਾਬੂ ਕਿਸਾਨ ਵੀਰੋ ਰੋਗ ਆਉਣ ਤੋਂ ਪਹਿਲਾਂ ਆਪਾਂ ਕਰਨਾ ਹੈ ਜਿੱਥੇ ਪਿਛਲੇ ਸਾਲਾਂ 'ਚ ਤੁਹਾਡੇ ਰੋਗ ਆਇਆ ਹੈ ਜਾਂ ਵੈਸੇ ਵੀ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਜਿਹੜੇ ਖੇਤਾਂ ਦੇ ਵਿੱਚ ਇਹ ਰੋਗ ਆ ਸਕਦਾ ਹਲਦੀ ਰੋਗ ਜਾਂ ਝੂਠੀ ਕਾਂਗਿਆਰੀ ਤਾਂ ਉੱਥੇ ਤੁਸੀਂ ਜਦੋਂ ਫਸਲ ਗੋਭ ਦੇ ਵਿੱਚ ਹੋਵੇ ਉਸ ਸਮੇਂ ਆਪਾਂ 400 ਮਿਲੀਲੀਟਰ ਗਲੀਲੀ ਹੋਵੇ 18.76 ਤੱਕ ਦੀ ਜਿਹਦੇ ਵਿੱਚ ਪਿਕੋਕਸੀਸਟੋਬਿਨ ਪਲੱਸ ਪ੍ਰੋਪੀਕੋਨ ਜੋ ਟੈਕਨੀਕਲ ਹੁੰਦਾ ਹੈ ਇਹ 400 ml ਜਾਂ 500 ਗ੍ਰਾਮ ਕੋਸਾਈਡ 46 DF ਕਾਪਰ ਹਾਈਡਰੋਕਸਾਈਡ ਨੂੰ 200 ਲੀਟਰ ਪਾਣੀ ਦੇ ਵਿੱਚ ਕੋਲ ਕੇ ਹੱਥ ਵਾਲੇ ਜਾਂ ਬੈਟਰੀ ਪੰਪ ਨਾਲ ਸਪਰੇਅ ਕਰ ਦੇਣੀ ਹੈ ਤੇ ਜ਼ਰੂਰਤ ਅਨੁਸਾਰ ਆਪਾਂ ਜੇ ਦੁਬਾਰਾ ਰਿਪੀਟ ਕਰਦੇ ਹਾਂ 12 ਤੋਂ 15 ਦਿਨ ਤੇ ਤਾਂ ਬਹੁਤ ਹੀ ਵਧੀਆ ਗੱਲ ਹੈ ਯਾਦ ਰੱਖਣਾ ਕਿ ਫਸਲ ਨੂੰ ਆਪਾਂ ਗੋਭ ਚ ਜਦੋਂ ਅਜੇ ਮੁੰਜਰ ਬਾਹਰ ਨਹੀਂ ਆਈ ਪਰ ਤਣੇ ਦੇ ਵਿੱਚ ਮੁੰਜਰ ਬਣ ਚੁੱਕੀ ਹੈ ਜਾਂ ਬਣ ਰਹੀ ਹੈ ਆਮ ਤੌਰ ਤੇ ਹੀ ਕਿਸਾਨ ਵੀਰ ਜਦੋਂ ਫਸਲ ਨਸਾਰਾ ਲੈ ਚੁੱਕੀ ਹੁੰਦੀ ਹੈ ਜਾਂ 30 40% ਨਸਾਰਾ ਕਰ ਚੁੱਕੀ ਹੁੰਦੀ ਹੈ ਤਾਂ ਉਸ ਟਾਈਮ ਤੇ ਜਿਹੜਾ ਹੈਗਾ ਇਸ ਬਾਬਤ ਇਹ ਰੋਗ ਦੀ ਬਾਬਤ ਜਿਹੜੇ ਸਵਾਲ ਪੁੱਛਦੇ ਆ ਤਾਂ ਇਹ ਮੈਂ ਤੁਹਾਨੂੰ ਕਲੀਅਰ ਕਰ ਕਿਸਾਨ ਵੀਰ ਉਹ ਦੱਸਦਾ ਕਿ ਜਦੋਂ ਫਸਲ ਗੋਭ ਚ ਤੁਹਾਡੀ ਆ ਗਈ ਝੋਨੇ ਦੀ ਫਸਲ ਤਾਂ ਉਦੋਂ ਤੁਸੀਂ ਇਹ ਸਪਰੇਅ ਕਰਨੀ ਜਾਂ ਗਲੀਲੀ ਹੋਵੇ ਜਾਂ ਕੋਸਾਈਡ ਕਈ ਵਾਰ ਕਿਸਾਨ ਵੀਰ ਕਹਿੰਦੇ ਜੀ ਸਾਡੇ ਇਹ ਅਸੀਂ ਸਪਰੇਅ ਕੀਤੀ ਫਿਰ ਵੀ ਆ ਗਿਆ ਤਾਂ ਉਹ ਤੁਹਾਡਾ ਜਾਂ ਤਾਂ ਟਾਈਮ ਡਿਫਰੈਂਸ ਹੋ ਸਕਦਾ ਹੈ ਕਿ ਤੁਸੀਂ ਸਹੀ ਸਮੇਂ ਤੇ ਸਪਰੇਅ ਨਹੀਂ ਕੀਤੀ ਜਾਂ ਹੋ ਸਕਦਾ ਹੈ ਕਿ ਤੁਸੀਂ ਜ਼ਰੂਰ ਤੋਂ ਜ਼ਿਆਦਾ ਨਾਈਟ ਵੇਨ ਬਹੁਤ ਜ਼ਿਆਦਾ ਪਾਈ ਹੋਈ ਆ ਜਾਂ ਲਗਾਤਾਰ ਖੇਤ ਦੇ ਵਿੱਚ ਕਈ ਵਾਰ ਤੁਸੀਂ ਪਾਣੀ ਲਗਾਤਾਰ ਜਿਹੜਾ ਹੈਗਾ ਆਪਾਂ ਖੜਾ ਰੱਖਦੇ ਆਂ ਕਈ ਥਾਵਾਂ ਤੇ ਮਜਬੂਰੀ ਵੀ ਬਣ ਜਾਂਦੀ ਕਿ ਲਗਾਤਾਰ ਮੀਂਹ ਪੈਣ ਦੇ ਨਾਲ ਪਾਣੀ ਖੇਤਾਂ 'ਚ ਖੜਾ ਰਹਿੰਦਾ ਉਹ ਕਾਬੂ ਕਰਨਾ ਵੀ ਔਖਾ ਹੋ ਜਾਂਦਾ ਉਹਨੂੰ ਪਾਣੀ ਨੂੰ ਖੇਤ 'ਚੋਂ ਕੱਢਣਾ ਪਰ ਜਿੱਥੇ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਕਿ ਅਲਟਰਨੇਟ ਵੈਟਿੰਗ ਤੇ ਡਰਾਈਂ ਮੰਨ ਲਓ ਕਿ ਖੇਤ ਦੇ ਵਿੱਚ ਕਿਉਂਕਿ ਇਹ ਸਾਰੇ ਉੱਲੀ ਰੋਗਾਂ ਦਾ ਜੇ ਆਪਾਂ ਕਾਬੂ ਕਰ ਸਕਦੇ ਇਹਦੇ ਨਾਲ ਤੇ ਫਸਲ ਵੀ ਵਧੀਆ ਰਹਿੰਦੀ ਹੈ ਕਿ ਇੱਕ ਵਾਰ ਝੋਨੇ ਦੀ ਫਸਲ ਨੂੰ ਪਾਣੀ ਦਿੱਤਾ ਜਦੋਂ ਉਹ ਜੀਰ ਗਿਆ ਉਦੋਂ ਦੂਜੇ ਤੀਜੇ ਦਿਨ ਖੇਤ ਜੇ ਗਿੱਲਾ ਤਾਂ ਉਦੋਂ ਬਾਅਦ ਪਾਣੀ ਛੱਡੋ ਯੂਰੀਆ ਦੀ ਵਰਤੋਂ ਆ ਜਿਹੜੀ ਨਾਈਟ੍ਰੋਜਨ ਖਾਦ ਆ ਉਹ ਜ਼ਰੂਰ ਤੋਂ ਜ਼ਿਆਦਾ ਨਾ ਪਾਓ ਸਿਫਾਰਸ਼ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰੋ ਕੋਸ਼ਿਸ਼ ਕਰੋ ਕਿ ਜਦੋਂ ਆਪਾਂ ਪਾਣੀ ਲਾਉਣਾ ਇੱਕ ਕਿਾਰੇ ਤੋਂ ਦੂਜੇ ਕਿਾਰੇ ਦੇ ਵਿੱਚ ਜਿਹੜਾ ਹੈਗਾ ਪਾਣੀ ਨਾ ਜਾਵੇ ਜਿੱਥੇ ਰੋਗ ਆਉਂਦਾ ਹੈ ਉੱਥੇ ਆਪਾਂ ਉਸ ਜਿਹੜਾ ਹੈਗਾ ਖੇਤ ਦਾ ਬੀਜ ਅਗਲੇ ਸਾਲ ਵਾਸਤੇ ਵਰਤੋਂ ਦੇ ਵਿੱਚ ਨਹੀਂ ਰੱਖਣਾ ਤੇ ਉਸ ਖੇਤ ਨੂੰ ਆਪਾਂ ਜਿਹੜਾ ਕਣਕ ਦੀ ਵਾਢੀ ਤੋਂ ਬਾਅਦ ਝੋਨਾ ਲਾਉਣ ਤੋਂ ਪਹਿਲਾਂ ਅਗਲੇ ਸੀਜ਼ਨ ਦੇ ਵਿੱਚ ਉਹਨੂੰ ਸੁੱਕਾ ਖੇਤ ਨੂੰ ਪਟਣਾ ਉਹਨੂੰ ਪੂਰੀ ਤਰ੍ਹਾਂ ਜੜੀ ਹੈਗੀ ਧੁੱਪ ਲਵਾਉਣੀ ਆ ਤਾਂ ਇਸ ਦੇ ਨਾਲ ਵੀ ਆਪਾਂ ਨੂੰ ਇਸ ਰੋਗ ਤੋਂ ਕਾਫੀ ਹੱਦ ਤੱਕ ਕੰਟਰੋਲ ਮਿਲਦਾ ਸੋ ਮੇਰੀ ਬੇਨਤੀ ਇਹੀ ਹੈ ਕਿ ਜੇ ਇਸ ਰੋਗ ਨੂੰ ਤੁਸੀਂ ਕਾਬੂ ਕਰਨਾ ਝੂਠੀ ਕਾਂਗਿਆਰੇ ਨੂੰ ਤਾਂ ਫਸਲ ਜਦੋਂ ਗੋਭ ਚ ਹੈਗੀ ਆ ਉਦੋਂ ਤੁਸੀਂ ਜਾਂ ਤਾਂ ਗਲੀਲਿਓ ਵੇ 400 ml ਜਾਂ ਕੋਸਾਈਡ 500 ਗ੍ਰਾਮ ਅੱਧਾ ਕਿਲੋ ਹਾਂ ਯਾਦ ਇਹ ਰੱਖਣਾ ਕਿ ਮਿਕਸਿੰਗ ਆਪਾਂ ਬਿਲਕੁਲ ਨਹੀਂ ਕਰਨੀ ਕਿਸਾਨ ਵੀਰੋ ਕਿ ਆਪਾਂ ਕਈ ਵਾਰ ਕਿਸਾਨ ਵੀਰ ਕਾਪਰ ਜਿਹੜੇ ਉਲੀਨਾਸ਼ਕ ਨੇ ਕਾਪਰ ਬੇਸਡ ਉਹਨਾਂ ਨੂੰ ਮਿਕਸ ਕਰਨ ਲੱਗ ਪੈਂਦੇ ਇਹ ਬਿਲਕੁਲ ਨਹੀਂ ਕਰਨਾ ਹੋਰ ਸਵਾਲ ਹੋਵੇ ਤਾਂ ਜਰੂਰ ਦੱਸਣਾ ਅਗਲੀ ਵੀਡੀਓ 'ਚ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ